ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ। ਸੋ ਅੱਜ ਯੂਕੇ ਨਾਲ ਰਿਲੇਟਡ ਇੱਕ ਬਹੁਤ ਇੰਪੋਰਟੈਂਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਯੂਕੇ ਸਟੱਡੀ ਕਰਨ ਜਾਣਾ ਚਾਹੁੰਦੇ ਹੋ ਬਟ ਰਿਕੁਆਇਰਮੈਂਟਸ ਨਹੀਂ ਪੂਰੀਆਂ ਹੋ ਰਹੀਆਂ, ਗੈਪ ਬਹੁਤ ਜ਼ਿਆਦਾ, ਜਾਂ ਫਿਰ ਤੁਹਾਡਾ ਸਕੋਰ, ਅਕੈਡਮਿਕ ਸਕੋਰ ਬਹੁਤ ਘੱਟ ਹੈ, ਜਾਂ ਫਿਰ ਬਜਟ ਘੱਟ ਹੈ। ਯੂਕੇ ਇਹ ਸਾਰੀਆਂ ਪ੍ਰੋਬਲਮਸ ਦਾ ਸੋਲਿਊਸ਼ਨ ਤੁਹਾਨੂੰ ਦੇ ਸਕਦਾ। ਕੀ ਸੋਲਿਊਸ਼ਨ ਹੋ ਸਕਦੇ ਨੇ, ਕਿਸ ਤਰੀਕੇ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ ਪ੍ਰੋਬਲਮਸ ਨੂੰ, ਅੱਜ ਦੇ ਸ਼ੋਅ ਦੇ ਵਿੱਚ ਸ਼ੇਅਰ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਤਿੰਨੋ ਪ੍ਰੋਬਲਮਸ ਬਹੁਤ ਵੱਡੀਆਂ ਨੇ, ਬਿਗ ਗੈਪ ਤੋਂ ਸਟਾਰਟ ਕਰਦੇ ਹਾਂ। ਕਈ ਸਟੂਡੈਂਟਸ ਦਾ ਗੈਪ ਬਹੁਤ ਜ਼ਿਆਦਾ ਹੁੰਦਾ, ਯੂਕੇ ਸਟੱਡੀ ਕਰਨ ਚਾਹੁੰਦੇ ਨੇ, ਕੀ ਪੋਸੀਬਿਲਿਟੀਜ਼ ਨੇ? ਸਰ ਦੇਖੋ, ਯੂਕੇ ਗੈਪ ਅਸੈਪਟ ਕਰਦਾ ਵਾ ਮਾਸਟਰ ਪ੍ਰੋਗਰਾਮ ਲਈ। ਅਗਰ ਆਪਾਂ ਬੈਚਲਰ ਪ੍ਰੋਗਰਾਮ ਲਈ ਗੱਲ ਕਰੀਏ ਤਾਂ 3 ਤੋਂ 4 ਸਾਲ ਦਾ ਵਾ, ਔਰ ਅਗਰ ਮਾਸਟਰਸ ਲਈ ਕਰੀਏ ਤਾਂ 7 ਤੋਂ 8 ਸਾਲ ਦਾ ਵਾ। ਸੋ ਨੋਰਮਲ ਯੂਨੀਵਰਸਿਟੀਜ਼ ਦਾ ਇਹੀ ਕ੍ਰਾਈਟੀਰੀਆ, ਬਟ ਹੁਣ ਸੋਲੈਂਟ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ 11 ਸਾਲ ਦਾ ਵੀ ਗੈਪ ਜਿਹੜਾ ਅਸੈਪਟ ਕਰ ਰਹੀ ਆ। ਕਿਉਂਕਿ ਦੀਪਕ ਜੀ, ਹੁਣ ਨਾ ਯੂਨੀਵਰਸਿਟੀਜ਼ ਦੇ ਕ੍ਰਾਈਟੀਰੀਆਜ਼ ਬਹੁਤ ਚੇਂਜ ਹੋ ਗਿਆ, ਬਹੁਤ ਹੀ ਰਿਲੈਕਸ ਹੈ ਇਸ ਟਾਈਮ ਯੂਨੀਵਰਸਿਟੀਜ਼। ਈਵਨ ਕਿ ਪੰਜਾਬ ਔਰ ਹਰਿਆਣਾ ਬੋਰਡ ਦੀ ਅਗਰ ਆਪਾਂ ਗੱਲ ਕਰੀਏ, ਪਹਿਲੇ ਸਟੂਡੈਂਟਸ ਵਿਦਆਊਟ ਆਇਲਸ ਉਹਨੂੰ ਆਪਸ਼ਨ ਬਹੁਤ ਲਿਮਿਟਿਡ ਮਿਲਦੇ ਸੀਗੇ ਕਿ ਅਗਰ ਉਹਦੇ ਇੰਗਲਿਸ਼ 'ਚ 60 ਤੋਂ ਅਬਵ ਮਾਰਕਸ ਹੈਗੇ ਆ ਤਾਂ 1-2 ਯੂਨੀਵਰਸਿਟੀ ਹੁੰਦੀਆਂ ਸੀ। ਹੁਣ 3-4 ਯੂਨੀਵਰਸਿਟੀਜ਼ ਆ ਹਰਿਆਣਾ ਪੰਜਾਬ ਦੇ ਸਟੂਡੈਂਟ ਨੂੰ ਹੁਣ ਅਸੈਪਟ ਕਰਨਾ ਸਟਾਰਟ ਕਰਤਾ। ਗੈਪ 10 ਤੋਂ 11 ਸਾਲ ਦਾ ਅਸੈਪਟ ਹੋਣਾ ਸਟਾਰਟ ਹੋ ਗਿਆ ਵਾ। ਔਰ ਉਹ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਬਜਟ ਦੀ, ਕਿਉਂਕਿ ਜਿਹੜੇ ਸਟੂਡੈਂਟ ਨੇ ਬੈਚਲਰਸ ਕਰਨ ਜਾਣੀ ਹੁੰਦੀ ਆ ਉਹਨੂੰ 3 ਸਾਲ ਦੀਆਂ ਫੀਸਾਂ ਦੇਣੀਆਂ ਹੁੰਦੀਆਂ। ਸੋ ਉਹ ਹਮੇਸ਼ਾ ਚਾਹੇਗਾ ਕਿ ਉਹਦੀ ਜਿਹੜੀ ਯੂਨੀਵਰਸਿਟੀ 13 ਲੱਖ ਜਾਂ 14 ਲੱਖ ਦੀ ਨਾ ਹੋਵੇ, 9-10 ਲੱਖ ਤੱਕ ਦੀ ਉਹਨੂੰ ਯੂਨੀਵਰਸਿਟੀ ਮਿਲ ਜਾਏ। ਸੋ ਕਾਫੀ ਯੂਨੀਵਰਸਿਟੀਜ਼ ਇੰਨੇ ਬਜਟ 'ਚ ਵੀ ਹੈਗੀਆਂ। ਈਵਨ ਕਿ ਹੁਣ ਕਾਸਟ ਲੈਟਰ ਲਈ ਵੀ ਮੈਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਉਹ 5-6 ਲੱਖ ਤੱਕ ਦੀ ਵੀ ਤੁਸੀਂ 6 ਮੰਥ ਦੀ ਫੀਸ ਵੀ ਪੇ ਕਰਕੇ ਜਾ ਸਕਦੇ ਹੋ। ਔਰ ਮਾਸਟਰ ਪ੍ਰੋਗਰਾਮ ਲਈ ਜਿਹੜੀਆਂ ਹੈਗੀਆਂ ਵਾ ਬ੍ਰੈਡਫੋਰਡ ਹੈਗੀ ਆ ਜਿਹੜੀ ਕਿ 50% ਡਿਸਕਾਊਂਟ ਦੇ ਰਹੀ ਆ, ਮੀਨਸ 20-22 ਲੱਖ ਅਗਰ ਤੁਹਾਡੀ ਫੀਸ ਹੈਗੀ ਆ ਤਾਂ ਤੁਹਾਨੂੰ ਹਾਰਡਲੀ 9-10 ਦੇਣੀ ਪਏਗੀ। ਉਹ ਤੋਂ ਇਲਾਵਾ ਐਗਜ਼ਾਮ ਯੂਨੀਵਰਸਿਟੀ ਹੈਗੀ ਆ ਉਹਦੇ ਵਿੱਚ ਵੀ ਤੁਹਾਨੂੰ 9.5-10 ਲੱਖ ਤੱਕ ਦੀ ਫੀਸ ਮਾਸਟਰ ਪ੍ਰੋਗਰਾਮ ਲਈ ਮਿਲ ਜਾਂਦੀ ਆ। ਅਦਰਵਾਈਜ਼ ਜਿਹੜਾ ਮਾਸਟਰ ਪ੍ਰੋਗਰਾਮ ਦਾ ਬਜਟ ਹੈਗਾ ਉਹ ਨਾ ਕਰਦੇ ਹੋਏ ਵੀ ਸਕਾਲਰਸ਼ਿਪ ਤੋਂ ਬਾਅਦ 13-14 ਲੱਖ ਤੱਕ ਪਹੁੰਚ ਜਾਂਦਾ ਹੈ। ਸੋ ਹੁਣ ਮਾਸਟਰ ਪ੍ਰੋਗਰਾਮਸ ਲਈ ਵੀ 9-10 ਲੱਖ ਦੇ ਵਿੱਚ ਬਜਟ ਹੈਗਾ ਵਾ। ਐਂਡ ਅਗਰ ਆਪਾਂ ਲੋ ਸਕੋਰ ਦੀ ਗੱਲ ਕਰੀਏ, ਪੰਜਾਬ ਹਰਿਆਣਾ ਨੂੰ ਅਸੈਪਟ ਕਰਨਾ ਸ਼ੁਰੂ ਕਰਤਾ ਅਕੈਡਮਿਕ 'ਚ ਅਗਰ ਤੁਹਾਡੇ 45-50% ਹੈਗੇ ਆ ਤਾਂ ਵੀ ਆਪਸ਼ਨ ਹੈਗੀਆਂ ਵਾ। ਔਰ ਅਗਰ ਤੁਹਾਡਾ ਲੋ ਤੋਂ ਲੋ PT ਸਕੋਰ 51 ਹੈਗਾ ਵਾ ਤਾਂ ਤੁਹਾਨੂੰ ਜਿਹੜੀ ਯੂਨੀਵਰਸਿਟੀ ਹੈਗੀ ਆ ਬਾਤਸਪਾ ਯੂਨੀਵਰਸਿਟੀ ਉਹ ਅਸੈਪਟ ਕਰ ਰਹੀ ਆ। ਸੋ ਕਾਫੀ ਕ੍ਰਾਈਟੀਰੀਆ ਵਿਦਆਊਟ ਆਇਲਸ MOI ਦੇ ਬੇਸ ਤੇ ਅਕੈਡਮਿਕ ਲੋ ਆ ਆਲ ਓਵਰ ਇਸ ਟਾਈਮ UK ਕਾਫੀ ਵੈਲਕਮ ਮੋਡ ਦੇ ਵਿੱਚ ਆ ਜੀ। ਸੋ ਸਟੂਡੈਂਟਸ, ਯੂਕੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਅਕੋਮੋਡੇਟ ਕਰਨ ਲਈ ਤਿਆਰ ਹੈ। ਕੋਈ ਵੀ ਦਿੱਕਤ ਹੈ, ਪ੍ਰੋਬਲਮ ਹੈ, ਉਹਦਾ ਸੋਲਿਊਸ਼ਨ UK ਦੇ ਰਿਹਾ। ਸੋ ਪਲਾਨ ਕਰ ਰਹੇ ਹੋ UK ਤਾਂ ਬੈਸਟ ਟਾਈਮ ਹੈ। ਸਨੇਹਾ ਜੀ, ਇਨਟੇਕਸ UK ਦੇ ਕਿਹੜੇ ਕਿਹੜੇ ਨੇ? ਬਿਲਕੁਲ ਸਰ, ਹੁਣ ਅਗਰ ਤੁਸੀਂ ਜੂਨ ਇਨਟੇਕ ਕਰਨਾ ਚਾਹੁੰਦੇ ਹੋ ਤਾਂ ਲਿਮਿਟਿਡ ਸੀਟਸ ਹੈਗੀਆਂ, ਲਿਮਿਟਿਡ ਟਾਈਮ ਹੈਗਾ। ਉਹ ਤੋਂ ਬਾਅਦ ਸਪਤੰਬਰ ਇਨਟੇਕ ਜਿਹੜਾ ਹੈਗਾ ਵਾ UK ਦੇ ਵਿੱਚ ਉਹ ਮੇਜਰ ਇਨਟੇਕ ਆ। ਔਰ ਉਹਦਾ ਬੈਨੀਫਿਟ ਕੀ ਆ, ਕਿਉਂਕਿ ਸਰ ਕਾਫੀ ਸਟੂਡੈਂਟ ਸਾਡੇ ਕੋਲ ਇੱਦਾਂ ਦੇ ਆਉਂਦੇ ਆ ਜਿਨ੍ਹਾਂ ਦੀ ਇੱਕ ਪਰਟੀਕੁਲਰ ਚੋਇਸ ਹੁੰਦੀ ਆ ਕਿ ਸਾਡੇ ਰੈਲੇਟਿਵਸ ਉੱਥੇ ਆ, ਅਸੀਂ ਉਹਦੇ ਨੀਅਰ ਹੀ ਯੂਨੀਵਰਸਿਟੀ ਜਾਣਾ ਵਾ। ਜਾਂ ਕਈ ਸਟੂਡੈਂਟਸ ਇੱਦਾਂ ਦੇ ਹੁੰਦੇ ਜਿਨ੍ਹਾਂ ਦਾ ਬਜਟ ਲੋ ਹੁੰਦਾ ਵਾ, ਸੋ ਉਹਨਾਂ ਲਈ ਸਪਤੰਬਰ ਇਨਟੇਕ ਬੈਸਟ ਹੈ। ਕਿਉਂਕਿ ਸਪਤੰਬਰ ਇਨਟੇਕ 'ਚ ਕੀ ਹੁੰਦਾ ਕਿ ਸਾਰੀਆਂ ਯੂਨੀਵਰਸਿਟੀਜ਼ ਓਪਨ ਹੁੰਦੀਆਂ ਵਾ। ਉਹ ਤੋਂ ਬਾਅਦ ਜਿਹੜੇ ਛੋਟੇ ਛੋਟੇ ਇਨਟੇਕਸ ਆ ਉਹਦੇ ਵਿੱਚ ਕੁਛ ਕੁਛ ਯੂਨੀਵਰਸਿਟੀਜ਼ ਹੁੰਦੀਆਂ। ਸੋ ਜਿਹਨਾਂ ਦੀ ਆਪਣੀ ਕੋਈ ਚੋਇਸ ਹੈਗੀ ਆ ਜਾਂ ਬਜਟ ਲੋ ਹੈਗਾ ਉਹ ਸਪਤੰਬਰ ਇਨਟੇਕ ਬਿਲਕੁਲ ਨਾ ਮਿਸ ਕਰਨ।
ਔਰ ਮੋਰ ਓਵਰ ਟਾਈਮ ਸਿਰ ਅਪਲਾਈ ਕਰਨ ਨਾਲ ਤੁਹਾਨੂੰ ਓਨੀ ਹੀ ਅੱਛੀ ਸਕਾਲਰਸ਼ਿਪ ਮਿਲਦੀ ਹੈ। ਸੋ ਸਟੂਡੈਂਟ ਯੂਕੇ ਦੇ ਅਪਡੇਟਸ ਅਸੀਂ ਰੈਗੂਲਰ ਇਸ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ।